ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਚਰਚਾ ਕਰਾਂਗੇ ਹੁਣ ਤੱਕ ਦੀਆਂ ਅਹਿਮ ਖਬਰਾਂ ਦੇ ਉੱਤੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਅਤੇ ਚਰਨਜੀਤ ਸਿੰਘ ਚੰਨੀ ਨੇ ਜਾਂਦੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਵੱਡੇ ਫੈਸਲੇ ਨੂੰ ਪਲਟ ਕੇ ਰੱਖ ਦਿੱਤਾ ਹੈ ਕਿਹੜਾ ਫੈਸਲਾ ਇਸ 'ਤੇ ਵੀ ਚਰਚਾ ਕਰਾਂਗੇ ਅਤੇ ਉੱਧਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਕਿਸੇ ਤਣ ਪੱਤਣ ਲਗਾਇਆ ਗਿਆ ਜਾਂ ਨਹੀਂ ਪੱਕੇ ਕੀਤਾ ਗਿਆ ਜਾਂ ਨਹੀਂ ਇਸ 'ਤੇ ਵੀ ਵਿਸ਼ੇਸ਼ ਚਰਚਾ ਕਰਾਂਗੇ ਅਤੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਵਿੱਚ ਚੋਣਾਂ ਸੰਬੰਧੀ ਜਾਂ ਉਮੀਦਵਾਰਾਂ ਦੇ ਐਲਾਨ ਸੰਬੰਧੀ ਕਿਹੜੇ ਕਿਹੜੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਉਸ 'ਤੇ ਵੀ ਚਰਚਾ ਹੋਏਗੀ ਅਤੇ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਭ ਤੋਂ ਪਹਿਲਾਂ ਅਣਖੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇੱਕ ਵੱਡਾ ਫੈਸਲਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਿਆ ਗਿਆ ਚੋ ਐਨ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਕਿਉਂ ਜਿਹੜੀਆਂ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਗਈਆਂ ਨੇ ਦੇਖੋ ਚੱਟਾ ਸਾਹਿਬ ਜਿਹੜੀਆਂ ਟਰੱਕ ਯੂਨੀਅਨ ਬਹਾਲ ਕੀਤੀਆਂ ਗਈਆਂ ਨੇ ਪੰਜਾਬ ਦੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਲਾਂਕਿ ਸਾਬਕਾ ਤਾਂ ਨਹੀਂ ਹਨ ਪਰ ਮੁੱਖ ਮੰਤਰੀ ਚੰਨੀ ਹੋਣੀ ਪਰ ਐਨ ਜਿਹੜਾ ਕੋਡ ਆਫ ਕੰਡਕਟ ਸੀ ਅਦਰ ਚੋਣ ਜ਼ਾਬਤਾ ਉਸ ਤੋਂ ਲੱਗਣ ਤੋਂ ਪਹਿਲਾਂ 7 ਤਰੀਕ ਨੂੰ ਉਹਦੇ ਜਿਹੜੀ ਸਾਈਨ ਕਰ ਦਿੱਤੇ ਗਏ ਸੀ ਅਤੇ 8 ਤਰੀਕ ਨੂੰ ਜਦੋਂ ਚੋਣ ਜ਼ਾਬਤਾ ਲੱਗ ਰਿਹਾ ਸੀ ਉਸ ਵਕਤ ਉਹਦੀ ਚਿੱਠੀ ਆ ਉਹ ਸਾਹਮਣੇ ਆਈ ਹੁਣ ਇਹਦੇ ਵਿੱਚ ਜਿਹੜੀ ਕਹਾਣੀ ਹੈ ਇਹ ਬੜਾ ਮਹੱਤਵਪੂਰਨ ਫੈਸਲਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ 2017 ਦੇ ਵਿੱਚ 134 ਟਰੱਕ ਯੂਨੀਅਨ ਸੀ ਜਿਹਨਾਂ ਦੇ ਉੱਤੇ ਉਹਨਾਂ ਨੇ ਰੋਕ ਜਿਹੜੀ ਸੀ ਉਹ ਲਾ ਦਿੱਤੀ ਸੀ ਤਾਂ ਉਸ ਸਮੇਂ ਇਹਨਾਂ ਟਰੱਕ ਯੂਨੀਅਨ ਵੱਲੋਂ ਬੜੇ ਵੱਡੇ ਪੱਧਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਾਰਵਾਈ ਦਾ ਜਿਹੜਾ ਵਿਰੋਧ ਕੀਤਾ ਗਿਆ ਬਕਾਇਦਾ ਤੌਰ ਤੇ ਹੜਤਾਲਾਂ ਵੀ ਟਰੱਕ ਯੂਨੀਅਨ ਵੱਲੋਂ ਕੀਤੀਆਂ ਗਈਆਂ ਔਰ ਅਖੀਰ ਇਹ ਮਸਲਾ ਜਿਹੜਾ ਹਾਈ ਕੋਰਟ 'ਚ ਵੀ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਇਸ ਫੈਸਲੇ ਤੇ ਕਦੀ ਵਾਪਸ ਉਹਨਾਂ ਨੇ ਕਦੀ ਸੋਚਿਆ ਨਹੀਂ ਉਹਨਾਂ ਨੇ ਇਸ ਆਪਣੇ ਫੈਸਲੇ ਤੇ ਕਾਇਮ ਰਹੇ ਈਵਨ ਕਿ ਜਦੋਂ ਟਰੱਕ ਯੂਨੀਅਨ ਨੇ ਬੈਨ ਲੱਗਾ 134 ਯੂਨੀਅਨ ਭੰਗ ਕੀਤੀਆਂ ਤਾਂ ਉਸ ਵੇਲੇ ਜਦੋਂ ਹੜਤਾਲ ਕੀਤੀ ਗਈ ਟਰੱਕ ਯੂਨੀਅਨ ਵੱਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਹਰਿਆਣੇ ਤੋਂ ਤੇ ਉੱਤਰ ਪ੍ਰਦੇਸ਼ ਤੋਂ ਜਿਹੜੇ ਟਰੈਕਟਰ ਟਰਾਲੀਆਂ ਲਿਆ ਕੇ ਆਪਣੀ ਜਿਹੜੀ ਕੰਮ ਸੀ ਉਹ ਸਾਰਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਢੋਆ ਢਵਾਈ ਦੇ ਮਸਲੇ ਦੇ ਵਿੱਚ ਟਰੱਕ ਯੂਨੀਅਨ ਦੇ ਅੱਗੇ ਉਹ ਝੁਕੇ ਜਿਹੜੇ ਨਹੀਂ ਸਨ ਸੋ ਕਹਿਣ ਦਾ ਮਤਲਬ ਆ ਕਿ ਬੜਾ ਸਾਫ਼ ਸਪਸ਼ਟ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਆਪਣੇ ਸਟੈਂਡ ਤੇ ਕਾਇਮ ਰਹੇ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਜਦੋਂ ਦਿੱਲੀ ਤੋਂ ਆ ਰਹੇ ਤੇ ਜੀਰਕਪੁਰ ਦੇ ਲਾਗੇ ਉਹਨਾਂ ਦੀ ਗੱਡੀ ਦਾ ਪਹਿਲਾਂ ਰਾਜਪੁਰੇ ਦੇ ਲਾਗੇ ਉਹਨਾਂ ਦੀ ਕਾਰ ਦਾ ਘਰਾਓ ਕੀਤਾ ਗਿਆ ਸੀ ਟਰੱਕ ਯੂਨੀਅਨ ਵੱਲੋਂ ਜਿਹੜੇ ਕਾਰ ਸੀ ਟਰੱਕ ਯੂਨੀਅਨ ਦੇ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਤੁਸੀਂ ਚੰਨੀ ਨੂੰ ਬੁਲਾਓ ਤਾਂ ਫਿਰ ਤੁਹਾਨੂੰ ਲੈ ਜੇ ਮਾਂਡੋ ਬੁਲਾਓ ਜਿਹੜੇ ਸਾਨੂੰ ਕੋਈ ਗੋਲੀਆਂ ਮਾਰ ਦੇਣ ਪਰ ਸਾਡੀ ਟਰੱਕ ਯੂਨੀਅਨ ਬਹਾਲ ਕਰਨ ਦਾ ਫੈਸਲਾ ਕਰੋ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਕਿਸੇ ਪਾਰਟੀ ਵਰਕਰ ਦੇ ਸਿਲਸਿਲੇ ਰੈਲੀ ਦੇ ਸਿਲਸਿਲੇ ਵਿੱਚ ਰਾਜਪੁਰੇ ਨਹੀਂ ਸਨ ਖੈਰ ਇਹ ਜਿਹੜੀ 2017 ਦੀ ਗੱਲ ਸੀ ਪਰ ਹੁਣ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਹੋਣਾ ਨੇ ਉਸ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਫੈਸਲੇ ਨੂੰ ਐਨ ਉਸ ਸਮੇਂ ਕਿ ਜਦੋਂ ਪੰਜਾਬ ਦੇ ਵਿੱਚ ਆਦਰਸ਼ ਚੋਣ ਜਾਬਤਾ ਲੱਗ ਰਿਹਾ ਸੀ ਉਸ ਤੋਂ ਇੱਕ ਦਿਨ ਪਹਿਲਾਂ 7 ਤਰੀਕ ਦੇ ਆਪਣੇ ਦਸਤਖਤਾਂ ਦੇ ਹੇਠ ਉਹ ਇੱਕ ਹੁਕਮਨਾਮਾ ਉਹਨਾਂ ਨੇ ਜਾਰੀ ਕਰਕੇ ਇਹਨਾਂ ਟਰੱਕ ਜਿਹੜੀ ਯੂਨੀਅਨ ਨੇ ਇਹਨਾਂ ਨੂੰ ਬਹਾਲ ਜਿਹੜਾ ਉਹ ਕਰ ਦਿੱਤਾ ਆ ਹੁਣ ਇਸ ਟਰੱਕ ਯੂਨੀਅਨ ਨੂੰ ਬਹਾਲ ਕਰਨ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਰਾਜਸੀ ਲਾਭ ਮਿਲਦਾ ਜਾਂ ਕਿੰਨਾ ਕੁ ਨਹੀਂ ਮਿਲਦਾ ਮਾਫ਼ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਦੇ ਉੱਤੇ ਕੈਪਟਨ ਮਾਫ਼ ਕਰਦਾ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਉਹਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਉਂਗਲ ਉਠਾਉਣੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਉਹਨਾਂ ਦਾ ਮੇਨ ਮੁੱਦਾ ਕੀ ਹੈ ਜਾਂ ਕੀ ਨਹੀਂ ਇਹ ਤਾਂ ਉਹ ਕਹਿ ਰਹੇ ਨੇ ਕਿ ਆਦਰਸ਼ ਚੋਣ ਜ਼ਾਬਤੇ ਤੋਂ ਪਹਿਲਾਂ ਇਹਨਾਂ ਯੂਨੀਅਨ ਨੂੰ ਬਹਾਲ ਕਰਨਾ ਚਰਨਜੀਤ ਸਿੰਘ ਚੰਨੀ ਸ਼ਾਇਦ ਕੋਈ ਸਿਆਸੀ ਲਾਹਾ ਲੈਣ ਦੇ ਮੂਡ ਵਿੱਚ ਨਹੀਂ ਬਾਕੀ ਵੇਖੋ ਕੋਈ ਵੀ ਪਾਰਟੀ ਜਿਹੜੀ ਆ ਇਹ ਇਹੋ ਜਿਹਾ ਮਸਲਾ ਜ਼ਰੂਰ ਆਪਣੇ ਸਿਆਸੀ ਲਾਹਾਂ ਨੂੰ ਸਨਮੁੱਖ ਰੱਖ ਕੇ ਹੀ ਇਹੋ ਜਿਹੇ ਫੈਸਲੇ ਜਿਹੜੇ ਕਰਦੀ ਹੈ ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਇਸ ਮੁੱਦੇ ਨੂੰ ਜੇ ਬੈਨ ਕੀਤਾ ਸੀ ਮਾਫ਼ ਕਰਦਾ ਜੇਕਰ ਤੰਗ ਕੀਤਾ ਸੀ ਉਹਨਾਂ ਦੀ ਆਪਣੀ ਆਈਡਿਆਲੋਜੀ ਸੀ ਉਹਨਾਂ ਦਾ ਆਪਣੀ ਕਾਰਜਸ਼ੈਲੀ ਹੋਵੇਗੀ ਪਰ ਹੁਣ ਜਿਸ ਤਰੀਕੇ ਨਾਲ ਆਪਣੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹਨਾਂ ਨੂੰ ਬਹਾਲ ਕੀਤਾ ਯੂਨੀਅਨ ਦੁਆਰਾ ਇਹ ਬੜਾ ਵੱਡਾ ਫੈਸਲਾ 134 ਯੂਨੀਅਨ ਨੇ ਪੰਜਾਬ ਦੇ ਵਿੱਚ ਜਿਹੜੀਆਂ ਭੰਗ ਕੀਤੀਆਂ ਗਈਆਂ ਸਨ ਪਰ ਉਹ ਉਹਨਾਂ ਨੇ ਬਹਾਲ ਕਰਤਾ ਬਾਕੀ ਆਉਂਦਿਆਂ ਦਿਨਾਂ 'ਚ ਇਸ ਦੀ ਕੀ ਰੂਪ ਰੇਖਾ ਬਣਦੀ ਹੈ ਜਾਂ ਸਿਆਸੀ ਲਾਹਾ ਕਿਸ ਨੂੰ ਮਿਲਦਾ ਜਾਂ ਇਸ ਦੇ ਸਿਆਸੀ ਪ੍ਰਤੀਕਰਮ ਕੀ ਹੁੰਦੇ ਨੇ ਇਹ ਆਉਂਦਿਆਂ ਦਿਨਾਂ 'ਚ ਤਸਵੀਰ ਜਿਹੜੀ ਉਹ ਸਾਫ਼ ਜਿਹੀ ਜ਼ਰੂਰ ਹੋਵੇਗੀ ਤੇ ਜਿਸ ਤਰ੍ਹਾਂ ਅਣਖੀ ਸਾਹਿਬ ਹੁਣ ਭਾਵੇਂ ਟਰੱਕ ਆਪਰੇਟਰ ਨੇ ਜਿਹੜੇ ਜਾਂਦੇ ਜਾਂਦੇ ਚੰਨੀ ਸਾਹਿਬ ਖੁਸ਼ ਕਰ ਗਏ ਅਤੇ ਭਾਵੇਂ ਆਂਗਣਵਾੜੀ ਵਰਕਰਾਂ ਦਾ ਜਿਹੜਾ ਹਜ਼ਾਰ ਰੁਪਏ ਵਧਾਇਆ ਸੀ ਉਸ ਤੋਂ ਇਲਾਵਾ ਔਰਤਾਂ ਲਈ ਵੀ ਜਿਹੜੇ ਐਲਾਨ ਕੀਤੇ ਸੀ ਚਰਨਜੀਤ ਸਿੰਘ ਚੰਨੀ ਨੇ ਲੱਗਦਾ ਕਿ ਜੋ ਵੀ ਐਲਾਨ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਨੇ ਕਿਤੇ ਨਾ ਕਿਤੇ ਸਿੱਧੇ ਤੌਰ 'ਤੇ ਸਿਆਸੀ ਫਾਇਦਾ ਹੋਵੇਗਾ ਨਿਸ਼ਚਿਤ ਤੌਰ 'ਤੇ ਚੰਨੀ ਸਰਕਾਰ ਨੂੰ
ਦੇਖੋ ਚੱਠਾ ਸਾਹਿਬ, ਚਰਨਜੀਤ ਸਿੰਘ ਚੰਨੀ ਉਹਨਾਂ ਨੇ ਬਹੁਤ ਐਲਾਨ ਕੀਤੇ ਹੈ, ਆਪਣੇ ਆਪ ਨੂੰ ਉਹਨਾਂ ਨੇ ਇੱਕ ਸਧਾਰਨ ਵਿਅਕਤੀ ਵੀ ਸਾਬਤ ਕਰਨ ਦਾ ਯਤਨ ਕੀਤਾ, ਹਰ ਤਰੀਕੇ ਦੀ ਸਧਾਰਨਤਾ ਉਹਨਾਂ ਨੇ ਵਿਖਾਈ ਹੈ। ਹੁਣ ਪ੍ਰਸ਼ਨ ਇਹ ਮੁੱਕਦਾ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਟਰੱਕ ਯੂਨੀਅਨ ਵਾਲੇ ਖੁਸ਼ ਹੋਣਗੇ, ਆਂਗਨਵਾੜੀ ਵਰਕਰਾਂ ਲਈ ਫੰਡ ਜਿਹੜੇ ਨੇ ਉਹ ਤਨਖਾਹਾਂ ਜਿਹੜੀਆਂ ਵਧਾ ਦਿੱਤੀਆਂ ਨੇ, ਹੁਣ ਉਹਨਾਂ ਨੂੰ ਸਿਆਸੀ ਲਾਹਾ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕਿਉਂਕਿ ਉਸਦਾ ਕਾਰਨ ਇਹ ਆ ਕਿ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਕੀਤੇ ਗਏ ਬਹੁਤ ਸਾਰੇ ਐਲਾਨ ਅਜਿਹੇ ਐਲਾਨ ਨੇ ਜਿਹੜੇ ਐਲਾਨ ਹੀ ਰਹਿ ਗਏ ਆ, ਜਿਨ੍ਹਾਂ ਨੂੰ ਅਮਲੀ ਰੂਪ ਜਿਹੜਾ ਉਹ ਨਹੀਂ ਦਿੱਤਾ ਜਾ ਸਕਿਆ, ਜਿਸ ਕਾਰਨ ਆਉਂਦੇ ਸਮੇਂ ਦੇ ਵਿੱਚ ਉਹਨਾਂ ਸ਼ਾਇਦ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਆਹ ਜਿਹੜੇ ਦੋ ਚਾਰ ਕੰਮ ਕੀਤੇ ਇਹਨਾਂ ਦਾ ਸਿਆਸੀ ਲਾਹਾ ਸ਼ਾਇਦ ਉਹਨਾਂ ਨਾ ਹੋਵੇ ਜਿਨ੍ਹਾਂ ਉਹਨਾਂ ਨੂੰ ਆਪਣੇ ਕੀਤੇ ਗਏ ਐਲਾਨਾਂ ਦਾ ਅਮਲੀ ਰੂਪ ਦੇ ਵਿੱਚ ਹੋਂਦ ਵਿੱਚ ਨਾ ਆਉਣ ਕਰਕੇ ਉਹਨਾਂ ਨੂੰ ਜ਼ਿਆਦਾ ਜਿਹੜਾ ਨੁਕਸਾਨ ਵੀ ਹੋ ਸਕਦਾ, ਨੁਕਸਾਨ ਹੋਣ ਦੀ ਜ਼ਿਆਦਾ ਪੋਸੀਬਿਲਿਟੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ। ਠੀਕ ਹੈ, ਇੱਕ ਦੋ ਵਰਗ ਉਹਨਾਂ ਨੇ ਇਹ ਜ਼ਰੂਰ ਖੁਸ਼ ਕਰ ਲਏ, ਟਰੱਕ ਯੂਨੀਅਨ ਵਾਲੇ ਖੁਸ਼ ਕਰ ਲਏ ਜਾਂ ਆਂਗਨਵਾੜੀ ਵਰਕਰਾਂ ਨੂੰ ਖੁਸ਼ ਕਰ ਲਿਆ, ਪਰ ਅਜੇ ਵੀ ਪੰਜਾਬ ਦਾ ਬਹੁਤ ਸਾਰਾ ਵਰਗ ਜਿਹੜਾ ਉਹ ਸ਼ਰਤਾਂ 'ਤੇ ਤੁਰਿਆ ਫਿਰਨ ਡਿਆ। ਉਸੇ ਤਰ੍ਹਾਂ ਹੀ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜੇਕਰ ਕਾਂਗਰਸ ਲੈਕਚਰਾਂ ਦੀ ਗੱਲ ਕਰੋ, ਸਫੇ ਪੇ ਕਮਿਸ਼ਨ ਦੀ ਰਿਪੋਰਟ ਉਹਨਾਂ ਦੀ ਲਾਗੂ ਨਹੀਂ ਹੋਈ, ਉਹ ਵੀ ਉਸੇ ਤਰੀਕੇ ਨਾਲ ਧਰਨੇ 'ਤੇ ਕੱਲ੍ਹ ਸਨ, ਜਿਹੜੇ ਵੱਖ ਵੱਖ ਠੇਕਾ ਅਧਾਰਤ ਮੁਲਾਜ਼ਮ ਸੀ ਉਹਨਾਂ 'ਤੇ ਧਰਨੇ ਵੀ ਉਸੇ ਤਰੀਕੇ ਨਾਲ ਟੋਲ ਪਲਾਜ਼ਿਆਂ 'ਤੇ ਜਾਰੀ ਨੇ। ਸੋ ਕਹਿਣ ਦਾ ਅਰਥ ਆ ਕਿ ਬਹੁਤ ਕੁਝ ਚਰਨਜੀਤ ਸਿੰਘ ਚੰਨੀ ਹੋਣੀ ਅਜਿਹਾ ਕੁਝ ਛੱਡ ਗਏ ਨੇ ਜਿਹੜਾ ਉਹਨਾਂ ਨੂੰ ਹਿਸਾਬ ਜਿਹੜਾ ਆ ਉਹ 10 ਮਾਰਚ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਿੱਥੋਂ ਤੱਕ ਸਫਲ ਹੋਏ ਅਤੇ ਕਿੱਥੋਂ ਤੱਕ ਅਸਫਲ ਜੀ। ਅਤੇ ਅਣਖੀ ਸਾਹਿਬ, ਜਿਹੜਾ ਸਭ ਤੋਂ ਵੱਡਾ ਮੁੱਦਾ ਉੱਠਦਾ ਸੀਗਾ 36,000 ਕੱਚੇ ਕਰਮਚਾਰੀਆਂ ਦਾ, ਭਾਵੇਂ ਅਕਾਲੀ ਸਰਕਾਰ ਦੀ ਗੱਲ ਕਰੀਏ ਉਦੋਂ ਵੀ ਜਿਹੜਾ ਇਹ ਐਲਾਨ ਹੀ ਰਹਿ ਗਿਆ ਸੀਗਾ, ਅਤੇ ਹੁਣ ਚੰਨੀ ਸਰਕਾਰ ਦੇ ਵਿੱਚ ਵੀ ਜਿਹੜਾ ਐਲਾਨ ਹੀ ਰਹਿ ਗਿਆ, ਅਤੇ ਉਹ 36,000 ਕੱਚੇ ਮੁਲਾਜ਼ਮਾਂ ਦਾ ਕੁਛ ਨਹੀਂ ਬਣਿਆ ਹੈਗਾ, ਅਤੇ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਗੁਰਪ੍ਰੀਤ ਜੀ, ਜੇਕਰ ਪੰਜਾਬ ਦੇ ਵਿੱਚ ਸਭ ਤੋਂ ਕੋਈ ਵਰਗ ਠੱਗਿਆ ਗਿਆ ਤਾਂ ਉਹ ਇਹ ਠੇਕਾ ਅਧਾਰਤ ਕੱਚੇ ਮੁਲਾਜ਼ਮ ਨੇ। 36,000 ਤੇ ਚਲੋ ਇਹ ਸਰਕਾਰ ਨੇ ਮਿਥਲੇ, ਉਹਨਾਂ ਦੀ ਗਿਣਤੀ ਕਈ ਲੱਖਾਂ 'ਚ ਬਣ ਸਕਦੀ ਜਿਹੜੇ ਠੇਕਾ ਅਧਾਰਤ ਆਊਟਸੋਰਸਿੰਗ ਜਾਂ ਇਹੋ ਜਿਹੇ ਨੇ, ਅਤੇ ਤ੍ਰਾਸਦੀ ਇਸ ਗੱਲ ਦੀ ਕਿ 2007 ਤੋਂ ਲੈ ਕੇ 2017 ਤੱਕ ਜਿਹੜੀ ਆ ਅਕਾਲੀ ਭਾਜਪਾ ਸਰਕਾਰ ਰਹਿੰਦੀ ਆ, ਔਰ ਅਕਾਲੀ ਭਾਜਪਾ ਸਰਕਾਰ ਨੇ ਵੀ ਇਹਨਾਂ ਜਿਹੜੇ ਕੱਚੇ ਮੁਲਾਜ਼ਮ ਸੀ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ, ਇਹਨਾਂ ਨੂੰ ਪੱਕਿਆਂ ਕਰਨ ਵਾਸਤੇ ਕੋਈ ਕਦਮ ਨਹੀਂ ਸੀ ਚੁੱਕਿਆ। ਹਾਂ, ਜਾਂਦਿਆਂ ਜਾਂਦਿਆਂ 2016 ਦੇ ਵਿੱਚ ਉਹਨਾਂ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਇੱਕ ਨੀਤੀ ਬਣਾਈ, ਮੈਂ ਅਕਾਲੀ ਸਰਕਾਰ ਦੀ ਗੱਲ ਕਰ ਰਿਹਾ, ਤਾਂ ਉਹ ਨੀਤੀ ਬਣਾਈ, ਨੋਟੀਫਿਕੇਸ਼ਨ ਵੀ ਜਾਰੀ ਹੋਇਆ, ਤਾਂ ਜਦੋਂ ਨੋਟੀਫਿਕੇਸ਼ਨ ਜਾਰੀ ਹੋਣਾ ਤੇ ਗਵਰਨਰ ਨੂੰ ਸਾਈਨ ਪਰ ਕੀਤਾ ਅਕਾਲੀ ਸਰਕਾਰ ਨੇ, ਉਹ ਤੋਂ ਉਦਣ ਹੀ ਕਿ ਜਿਸ ਦਿਨ ਅਗਲੇ ਦਿਨ ਚੋਣ ਜਾਬਤਾ ਜਿਹੜਾ ਲੱਗਣਾ ਸੀ ਵਿਧਾਨ ਸਭਾ 'ਚ ਬਿੱਲ ਤਾਂ ਪਾਸ ਕਰ ਦਿੱਤਾ, ਪਰ ਉਹਨਾਂ ਨੇ ਜਿਹੜਾ ਜਦੋਂ ਫਾਈਲ ਜਿਹੜੀ ਸੀ ਗਵਰਨਰ ਨੂੰ ਭੇਜਣੀ ਸੀ ਤਾਂ ਉਦੋਂ ਵੀ ਇਹੋ ਹੀ ਖੱਚਰ ਖੇਡ ਜਿਸ ਤਰ੍ਹਾਂ ਹੁਣ ਪਈ ਆ ਇਸੇ ਤਰੀਕੇ ਨਾਲ ਪੈ ਗਈ, ਅਤੇ ਉਹ ਬਣਦਾ ਬਣਦਾ ਮੁੱਦਾ ਉੱਥੇ ਘੱਟੇ ਕੌਡੀਆਂ ਰੁੜ ਗਿਆ। ਉਸ ਤੋਂ ਬਾਅਦ 2017 'ਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਿਹੜਾ ਅਕਾਲੀ ਸਰਕਾਰ ਦਾ ਫੈਸਲਾ ਸੀ ਉਹਨੂੰ ਕੋਈ ਤਵੱਜੋ ਨਹੀਂ ਦਿੱਤੀ, ਇੰਨੀ ਗੱਲ ਕਹੀ ਕਿ ਅਸੀਂ ਇਹਦੀ ਭੁੱਖ ਪੜਚਾਲ ਕਰਾਂਗੇ, ਉਹ ਕੋਰਟ ਦੇ ਵਿੱਚ ਵੀ ਮਸਲਾ ਗਿਆ, ਪਰ 4.5 ਸਾਲ ਤੱਕ ਕੈਬਨਿਟ ਦੀਆਂ ਮੀਟਿੰਗ ਦਰ ਮੀਟਿੰਗਾਂ ਹੁੰਦੀਆਂ ਰਹੀਆਂ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਵਾਸਤੇ, ਪਰ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਵੀ ਉਸੇ ਤਰ੍ਹਾਂ ਜਿਹੜੇ ਨਗਾ ਤੇ ਇਹਨਾਂ ਕੱਚੇ ਮੁਲਾਜ਼ਮਾਂ ਦੀ ਫਿਰ ਕਿਸੇ ਨੇ ਨਹੀਂ ਸੁਣੀ। ਫਿਰ ਚੰਨੀ ਸਰਕਾਰ ਪਹੁੰਚ ਆਈ, ਕਾਂਗਰਸ ਦਾ ਜਿਹੜੇ ਦੂਜੇ ਮੁੱਖ ਮੰਤਰੀ ਬਦਲੇ ਗਏ, ਇਹਨਾਂ ਨੇ ਆਣ ਕੇ ਕਿਹਾ ਕਿ ਅਸੀਂ 36,000 ਮੁਲਾਜ਼ਮ ਜਿਹੜੇ ਆ ਉਹ ਪੱਕੇ ਕਰਦੇ ਹਾਂ, ਬਕਾਇਦਾ ਤੌਰ ਤੇ ਮੀਟਿੰਗ ਕੈਬਨਿਟ ਦੀਆਂ ਮੀਟਿੰਗਾਂ ਵੀ ਹੋਈਆਂ, ਤ੍ਰਿਪਤ ਰਜਿੰਦਰ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਹੋਰ ਇਹੋ ਜਿਹੇ ਮੰਤਰੀਆਂ ਦੀ ਕੈਬਨਿਟ ਮੀਟਿੰਗ ਤਿਆਰ ਕੀਤੀ ਗਈ, ਸਭ ਕੁਝ ਤਿਆਰ ਕਰ ਲਿਆ, ਪਰ ਜਦੋਂ ਵਿਧਾਨ ਸਭਾ 'ਚ ਬਿੱਲ ਵੀ ਪਾਸ ਕਰ ਦਿੱਤਾ ਗਿਆ ਜੋ ਕੱਚੇ ਮੁਲਾਜ਼ਮ ਐਲਾਨ ਵੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਕਰ ਦਿੱਤਾ, ਤਾਂ ਜਦੋਂ ਉਹ ਗਵਰਨਰ ਕੋਲ ਫਾਈਲ ਕੀਤੀ, ਗਵਰਨਰ ਨੇ ਫਿਰ ਓਬਜੈਕਸ਼ਨ ਲਾਤਾ, ਤਾਂ ਜਦੋਂ ਓਬਜੈਕਸ਼ਨ ਲਾਤਾ ਤੇ ਠੀਕ 4 ਦਿਨ ਪਹਿਲਾਂ ਜਦ ਨਾਲ ਚਰਨਜੀਤ ਸਿੰਘ ਚੰਨੀ ਹੋਣੀ ਆਪਣਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦੇ ਪਏ ਸੀ, ਤਾਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਜੇਕਰ ਕੱਚੇ ਮੁਲਾਜ਼ਮ ਪੱਕੇ ਨਾ ਕੀਤੇ ਤਾਂ ਮੈਂ ਗਵਰਨਰ ਹਾਊਸ ਤੇ ਜਾ ਕੇ ਧਰਨਾ ਵੀ ਦਾਂਗਾ, ਕੈਬਨਿਟ ਵੀ ਜਾਵਾਂਗਾ, ਉਹ ਵੀ ਵਾਅਦੇ ਜਿਹੜੇ ਦਾਅਵੇ ਸੀ ਉਹ ਵੀ ਵਫਾ ਨਹੀਂ ਹੋਏ। ਤਾਂ ਕਹਿਣ ਦਾ ਅਰਥ ਹੈ ਕਿ ਸਭ ਤੋਂ ਜ਼ਿਆਦਾ ਪਿਛਲੇ 10 ਸਾਲਾਂ ਤੋਂ ਜਾਂ 12 ਸਾਲਾਂ ਤੋਂ ਜੇ ਠੱਗੇ ਗਏ ਨੇ ਤਾਂ ਇਹ 36,000 ਮੁਲਾਜ਼ਮ, 36,000 ਤੇ ਨਾ ਉਹ 36,000 ਤਾਂ ਕੇਵਲ ਇਹਨੇ ਲਿਸਟ ਬਣਾਈਆਂ, ਲੱਖਾਂ ਦੀ ਤਾਦਾਦ 'ਚ ਉਹ ਮੁਲਾਜ਼ਮ ਜਿਹੜੇ ਸਰਕਾਰ ਵੱਲ ਵੇਖਦੇ ਪਏ ਉਹ ਠੱਗੇ ਗਏ ਨੇ, ਤੇ ਕੈਪਟਨ ਸਰਕਾਰ ਮਾਫ ਕਰਨਾ ਅਕਾਲੀ ਭਾਜਪਾ ਸਰਕਾਰ ਨੇ ਤੇ ਠੱਗੇ ਹੀ ਠੱਗਿਆ, ਕੈਪਟਨ ਸਰਕਾਰ ਨੇ ਕੀਤਾ ਹੀ ਕੱਖ ਨਹੀਂ, ਤੇ ਚੰਨੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨਾਂ 36,000 ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ, ਮਾਨਸਿਕ ਸ਼ੋਸ਼ਣ ਕੀਤਾ, ਜਿਸ ਤਰੀਕੇ ਨਾਲ ਉਹਨਾਂ ਦੇ ਸੁਪਨਿਆਂ ਨੂੰ ਤੋੜਿਆ, ਇਸ ਦਾ ਇਜ਼ਵਾਨਾ ਜਿਹੜਾ ਹੈ ਉਹ ਜ਼ਰੂਰ ਜਿਹੜੇ ਇਹ ਮੁਲਾਜ਼ਮ ਵਰਗ ਹੈ ਜਾਂ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਇਹਨਾਂ ਨੂੰ ਦੇਣਗੇ ਜ਼ਰੂਰ। ਪਰ ਦੂਜੇ ਪਾਸੇ ਆਪਣੇ ਚੱਟਾ ਸਾਹਿਬ, ਇਹ ਵੀ ਇੱਕ ਸ਼ਰਮ ਦੀ ਗੱਲ ਹੈ ਕਿ ਇੱਕ ਮੰਤਰੀ ਇੰਨੀ ਗੱਲ ਕਹਿ ਰਿਹਾ ਸੀ, ਚਲੋ ਨਹੀਂ ਹੋਇਆ ਤਾਂ ਨਾ ਅਸੀਂ ਵੱਧ ਤੋਂ ਵੱਧ 3 ਲੱਖ ਵੋਟਾਂ ਹੀ ਨਾ ਪੈਣਗੀਆਂ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ 3 ਲੱਖ ਵੋਟਾਂ ਦੇ ਨਾਲ ਕਿਸ ਹੱਦ ਤੱਕ ਜਿਹੜੀ
ਇੱਕ ਸੱਤਾ ਜਿਹੜੀ ਆ ਖੁਸ ਵੀ ਸਕਦੀ ਹੈ ਤੇ ਸੱਤਾ ਬਣ ਵੀ ਸਕਦੀ ਹੈ। ਚਲੋ ਇਹ ਤਾਂ ਸਰਕਾਰਾਂ ਦੇ ਨਿਯਮ ਨੇ, ਪਰ ਜੋ ਕੁਝ ਇਹ ਸੜਕਾਂ ਤੇ ਮੁਲਾਜ਼ਮ ਜਿਹੜੇ ਰੋਲੇ ਕੱਲ ਖੰਨੇ ਖਰੜ ਵਿਖੇ ਮੀਟਿੰਗ ਸੀ ਇਹਨਾਂ ਠੇਕਾ ਅਧਾਰਤ ਮੁਲਾਜ਼ਮਾਂ ਦੀ, ਜਿਹਨਾਂ ਨੂੰ 7 ਤਰੀਕ ਨੂੰ ਕਿਹਾ ਸੀ ਚੰਨੀ ਸਰਕਾਰ ਨੇ ਕਿ ਮੈਂ ਰੈਗੂਲਰ ਕਰਨਾ, ਪਰ ਸਭ ਕੁਝ ਉਹ ਵਿਚਾਰੇ ਘਰਾਂ ਨੂੰ ਆ ਗਏ ਨੇ। ਟੋਲ ਪਲਾਜ਼ਿਆਂ ਤੇ ਜਿਹੜੇ ਕੁਝ ਇਨਮ ਧਰਨਾ ਦੇ ਰਹੀਆਂ ਸਨ ਉਹ ਵੀ ਘਰਾਂ ਨੂੰ ਆ ਗਈਆਂ। ਕੁਝ ਅਧਿਆਪਕ ਜਿਹੜੇ ਸਨ ਟੈਂਕੀਆਂ ਤੇ ਚੜੇ, ਜਲੰਧਰ ਵਿਖੇ ਅਮਨੀਸ਼ ਫਾਜ਼ਿਲਕਾ ਜਿਹੜਾ ਬੀਤੇ 2.5 ਮਹੀਨਿਆਂ ਤੋਂ ਟੈਂਕੀ ਤੇ ਚੜਿਆ ਸੀ, ਰਾਤੀ ਵਿਚਾਰਾ ਉਸਨੂੰ ਉਤਾਰ ਲਿਆ ਗਿਆ। ਕਹਿਣ ਦਾ ਭਾਵ ਕਿ ਸਭ ਤੋਂ ਜ਼ਿਆਦਾ ਜਿਹੜਾ ਵਰਗ ਹੈ ਰੁਜ਼ਗਾਰ ਨੂੰ ਭਾਲਦਾ ਹੋਇਆ ਉਹ ਚੰਨੀ ਸਰਕਾਰ ਕੋਲੋਂ ਠੱਗਿਆ ਗਿਆ ਸੀ। ਉਹਨਾਂ ਦੇ ਵਿੱਚ ਇਹ 36,000 ਮੁਲਾਜ਼ਮ ਟੌਪ ਤੇ ਨੇ, ਜਿਹਦਾ ਖਮਿਆਜਾ ਆਉਂਦਿਆਂ ਦਿਨਾਂ 'ਚ ਕਾਂਗਰਸ ਸਰਕਾਰ ਨੂੰ ਜ਼ਰੂਰ ਭੁਗਤਣਾ ਪੈ ਸਕਦਾ। ਤੇ ਪ੍ਰੋਫੈਸਰ ਸਾਹਿਬ ਜੇ ਗੱਲ ਕਰੀਏ ਤਾਂ ਭਾਵੇਂ ਇਸ ਫੈਸਲੇ ਨੂੰ ਜਿਹੜਾ ਕਾਨੂੰਨੀ ਤੇ ਸੰਵਿਧਾਨਕ ਤੌਰ ਤੇ ਹਰੀ ਝੰਡੀ ਨਹੀਂ ਮਿਲੀ ਤੇ ਇਹ ਐਲਾਨ ਹੀ ਜਿਹੜਾ ਐਲਾਨ ਹੀ ਰਹਿ ਗਿਆ, ਪਰ ਜਿਸ ਤਰ੍ਹਾਂ ਭਗਵੰਤ ਮਾਨ ਵੀ ਦੋਸ਼ ਲਾਉਂਦੇ ਸੀਗੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਿ ਵੱਡੇ ਵੱਡੇ ਪੋਸਟਰ ਛਪਾ ਦਿੱਤੇ ਗਏ, ਭਾਵੇਂ ਐਲਾਨ ਹੀ ਕੀਤਾ ਪਰ ਪੋਸਟਰ ਜਿਹੜੇ ਛਪਵਾ ਕੇ ਬੈਨਰ ਲਗਾਏ ਗਏ, ਇਸ਼ਤਿਹਾਰਬਾਜ਼ੀ ਕੀਤੀ ਗਈ, ਤਾਂ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ, ਉਹ ਠੀਕ ਹੈ ਜਾਂ ਨਹੀਂ? ਦੇਖੋ ਉਹ ਤਾਂ ਹੁਣ ਭਗਵੰਤ ਮਾਨ ਦੀ ਤਾਂ ਗੱਲ ਛੱਡੋ, ਪੰਜਾਬ ਦਾ ਕੋਈ ਟਾਲੀ, ਪੰਜਾਬ ਦੀ ਕੋਈ ਨੁੱਕਰ, ਪੰਜਾਬ ਦੀ ਕੋਈ ਅਖਬਾਰ, ਪੰਜਾਬ ਦਾ ਕੋਈ ਟੀਵੀ ਚੈਨਲ, ਪ੍ਰਾਈਵੇਟ ਇੱਦਾਂ ਦਾ ਦੱਸੋ ਜਿੱਥੇ ਚੰਨੀ ਸਰਕਾਰ ਨੇ ਆਪਣੇ ਇਹ ਵਾਅਦੇ ਜਾਂ ਇਹ ਲਫਾਫੇਬਾਜ਼ੀ ਸ਼ੋਅ ਨਾ ਕੀਤੇ ਹੋਣ, ਜਿੱਥੇ ਇਸ਼ਤਿਹਾਰ ਨਾ ਲੱਗੇ ਹੋਏ ਹੋਣ ਉਹਨਾਂ ਨੇ ਆਪਣੇ ਇਹੋ ਜਿਹੇ ਇਸ਼ਤਿਹਾਰ, ਤਾਂ ਅੱਜ ਵੀ ਇਸ਼ਤਿਹਾਰ ਕੁਝ ਅਖਬਾਰਾਂ 'ਚ ਲੱਗੇ ਨੇ ਉਹਨਾਂ ਦੀਆਂ ਪ੍ਰਾਪਤੀਆਂ ਦੇ। ਕਹਿ ਮੈਂ ਇੱਥੇ ਕਿ ਸਾਫ ਭਗਵੰਤ ਮਾਨ ਜੋ ਕਹਿ ਰਿਹਾ, ਭਗਵੰਤ ਮਾਨ ਦੀ ਤਾਂ ਗੱਲ ਛੱਡੋ, ਪੰਜਾਬ ਦੇ ਲੋਕ ਜਿਹੜੇ ਅੰਨੇ ਨੇ ਚੱਠਾ ਸਾਹਿਬ, ਸਾਰਿਆਂ ਲੋਕਾਂ ਨੂੰ ਪਤਾ ਕਿ ਐਲਾਨ ਕੀ ਸੀ, ਵਾਅਦੇ ਕਿਹੜੇ ਪੂਰੇ ਹੋਏ, ਜਿਹੜਾ ਕੰਮ ਹੋਇਆ, ਕੰਮ ਤਾਂ ਕੋਈ ਵੀ ਜਿਹੜਾ ਨਹੀਂ ਪੂਰਾ ਹੋਇਆ। ਠੀਕ ਆ, ਬਿਜਲੀ ਦਾ ਬਿੱਲ 3 ਰੁਪਏ ਘੱਟ ਕਰ ਦਿੱਤਾ ਗਿਆ। ਮੈਂ ਇੱਕ ਹੋਰ ਗੱਲ ਆਪਣੀ ਚੱਠਾ ਸਾਹਿਬ ਗੱਲ ਕਰਨੀ ਚਾਹਾਂਗਾ, ਗੱਲ ਸਾਡੀ ਲੰਬੀ ਨਾ ਹੋ ਜਾਵੇ, ਕੇਵਲ 2 ਸ਼ਬਦਾਂ 'ਚ ਮੈਂ ਗੱਲ ਮੁਕਾਉਣ ਦਾ ਯਤਨ ਕਰਾਂਗਾ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੁਰਸੀ ਤੋਂ ਸਾਈਡ ਤੇ ਕੀਤਾ ਗਿਆ, ਤਾਂ ਬਕਾਇਦਾ ਤੌਰ ਤੇ 18 ਨੁਕਾਤੀ ਪ੍ਰੋਗਰਾਮ ਦੀ ਲਿਸਟ ਜਿਹੜੀ ਆ ਕੇਂਦਰ ਦੀ ਹਾਈਕਮਾਨ ਨੇ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕਿ ਇਹ 18 ਨੁਕਾਤੀ ਪ੍ਰੋਗਰਾਮ ਹੱਲ ਕਰੋ ਤਾਂ ਤੁਸੀਂ ਸਰਕਾਰ ਲੋਕਾਂ ਨੂੰ ਦੱਸੋ ਪ੍ਰੈਸ ਕਾਨਫਰੰਸ ਕਰਕੇ। ਉਹ 18 ਨੁਕਾਤੀ ਪ੍ਰੋਗਰਾਮ ਜਦੋਂ ਨਵਜੋਤ ਸਿੰਘ ਸਿੱਧੂ ਨੇ ਦਿੱਤਾ, ਉਹ 5 ਨੁਕਾਤੀ ਪ੍ਰੋਗਰਾਮ ਦਿੱਤੇ ਕਿ 5 ਨੁਕਾਤੀ ਪ੍ਰੋਗਰਾਮ ਆਹ ਪਹਿਲ ਦੇ ਆਧਾਰ ਤੇ ਕਰ ਲਓ, ਤਾਂ ਕੈਪਟਨ ਅਮਰਿੰਦਰ ਸਿੰਘ 18 ਨੁਕਾਤੀ ਤੱਕ ਹੀ ਉਹ 5 ਨੁਕਾਤੀ ਨਹੀਂ ਸੀ ਹੱਲ ਕਰ ਸਕਿਆ। ਫਿਰ ਇਸੇ ਚੱਕਰ 'ਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕੁਰਸੀ ਜਾਂਦੀ ਰਹੀ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਏ, ਤਾਂ ਚੰਨੀ ਹੋਣਾ ਨੇ ਜਿਹੜੇ ਆਏ, ਜਿਹੜੇ ਉਹ 18 ਨੁਕਾਤੀ ਕਾਂਗਰਸ ਹਾਈਕਮਾਨ ਦੇ ਦਿੱਤੇ ਗਏ ਪ੍ਰੋਗਰਾਮ ਸੀ, ਮੇਰਾ ਨਹੀਂ ਖਿਆਲ ਉਹਨਾਂ ਦੇ ਵਿੱਚੋਂ ਕੋਈ 2 ਜਾਂ 4 ਵੀ ਹੱਲ ਹੋਏ ਹੋਣ। ਠੀਕ ਆ, FIR ਡਰੱਗ ਮੁੱਦੇ 'ਤੇ FIR ਲਾਂਚ ਹੋ ਗਈ। ਇਹ ਮੁੱਦਾ ਜਿਹੜਾ ਸੀ ਕੇਂਦਰੀ ਹਾਈਕਮਾਨ ਨੇ ਕਿਹਾ ਸੀ ਕਿ ਸਰਕਾਰ ਆਪਣੇ ਪੱਧਰ 'ਤੇ ਵੇਖੇਗੀ, ਪੰਜਾਬ ਸਰਕਾਰ ਪਾਵਰ ਜਿਹੜੇ ਬਿੱਲ ਸੀ ਬਿਜਲੀ ਦੇ ਜਿਹੜੇ ਸਮਝੌਤੇ ਸੀ ਉਹਨਾਂ ਨੂੰ ਰੱਦ ਕਰਨ ਸੰਬੰਧੀ ਐਲਾਨ ਕੀਤਾ, ਪਰ ਰੱਦ ਕੋਈ ਨਹੀਂ ਜੀ ਹੋਈ, ਉਹ ਦੁਬਾਰਾ ਕੋਰਟ 'ਚ ਉਹ ਚਲੇ ਗਏ। ਕਹਿਣ ਦਾ ਅਰਥ ਆ ਕਿ ਉਹ 18 ਨੁਕਾਤੀ ਪ੍ਰੋਗਰਾਮ ਵੀ ਜਿਹੜਾ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਦਿੱਤਾ ਸੀ, ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਵਿੱਚੋਂ ਕੋਈ 4 ਜਾਂ 5 ਵੀ ਹੱਲ ਹੋਏ ਹੋਣ। ਤਾਂ ਜੇਕਰ ਨਵਜੋਤ ਸਿੱਧੂ ਹੁਣੀ ਉਸ 18 ਨੁਕਾਤੀ ਪ੍ਰੋਗਰਾਮ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਦੇ ਰਹੇ ਆ, ਤਾਂ ਬੀਤੇ ਦੌਰ 'ਚ ਅਸੀਂ ਕਹਿੰਦੇ ਹੁੰਦੇ ਆ ਕਿ ਇਹ ਆਪਣੀ ਸਰਕਾਰ ਨੂੰ ਘੇਰਦੇ ਆ, ਸ਼ਾਇਦ ਇਹ ਪਾਰਟੀ ਅਨੁਸ਼ਾਸਨ ਦੇ ਖਿਲਾਫ ਆ, ਪਰ ਅੱਜ ਉਹ ਲੱਗਦਾ ਕਿ ਵਾਕਿਆ ਹੀ ਉਹ 18 ਨੁਕਾਤੀ ਪ੍ਰੋਗਰਾਮ ਨੂੰ ਲੈ ਕੇ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਆਪਣੀ ਸਰਕਾਰ ਨੂੰ ਘੇਰਦੇ ਰਹੇ ਉਸ ਵਕਤ ਤੇ ਪੂਰਨ ਤੌਰ 'ਤੇ ਠੀਕ ਸੀ। ਨਾ ਤਾਂ ਉਹ 18 ਨੁਕਾਤੀ ਪ੍ਰੋਗਰਾਮ ਜਿਹੜਾ ਕੇਂਦਰ ਦੀ ਕਾਂਗਰਸ ਹਾਈਕਮਾਨ ਨੇ ਉਹ ਤਾਂ ਨਾ ਉਹ ਹੱਲ ਹੋਏ, ਤੇ ਨਾ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਦਿੱਤੇ ਐਲਾਨਾਂ ਨੂੰ ਵਿੱਚ ਨਾ ਹੀ ਉਹ ਅਮਲੀ ਰੂਪ ਦੇ ਸਕੇ, ਜਿਸ ਕਾਰਨ ਕਾਂਗਰਸ ਪਾਰਟੀ ਜਿਹੜੀ ਚੰਨੀ ਸਰਕਾਰ ਆ ਇਹ ਤੁਹਾਨੂੰ ਬੈਕਫੁੱਟ ਤੇ ਜਾਂਦੀ ਜਿਹੜੀ ਮਹਿਸੂਸ ਜ਼ਰੂਰ ਹੋਏਗੀ ਚੋਣਾਂ ਦੇ ਵਿੱਚ। ਜ਼ਰੂਰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਵਾਅਦੇ ਚੰਨੀ ਸਰਕਾਰ ਕੇਵਲ ਐਲਾਨ ਕਰਨ ਦੇ ਵਿੱਚ ਮਾਹਰ ਸੀ, ਉਹਨਾਂ ਨੂੰ ਅਮਲੀ ਰੂਪ ਦਵਾ ਨਹੀਂ ਸੀ ਜੀ। ਤੇ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਸੰਯੁਕਤ ਸਮਾਜ ਮੋਰਚੇ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਤੇ ਕੀ ਲੱਗਦਾ ਹੈ ਕਿ ਉਮੀਦਵਾਰਾਂ ਦਾ ਐਲਾਨ ਵੀ ਹੋ ਸਕਦਾ ਹੈ, ਤੇ ਹੋਰ ਕਿਹੜੇ ਕਿਹੜੇ ਵੱਡੇ ਐਲਾਨ ਨੇ ਜਿਹੜੇ ਸੰਯੁਕਤ ਸਮਾਜ ਮੋਰਚਾ ਕਰ ਸਕਦਾ ਹੈ? ਦੇਖੋ ਕੱਲ ਦਾ ਜਦੋਂ ਦਾ ਆਦਰਸ਼ ਚੋਣ ਜਾਬਤਾ ਚੋਣਾਂ ਲੱਗਾ ਔਰ ਚੋਣਾਂ ਦਾ ਐਲਾਨ ਹੋਇਆ, ਹਰ ਰਾਜਨੀਤਿਕ ਪਾਰਟੀ ਆਪਣੇ ਐਕਸ਼ਨ ਮੋਡ 'ਚ ਆ ਗਈ ਹੈ। ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਦੀ ਜਥੇਬੰਦੀ ਹੈ, 22 ਕਿਸਾਨ ਜਥੇਬੰਦੀਆਂ ਉਹਨੇ ਜਿਨ੍ਹਾਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ, ਤਾਂ ਜਿਸ ਨੂੰ ਸੰਯੁਕਤ ਸਮਾਜ ਮੋਰਚੇ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਹੈ। ਤੇ ਹੁਣ ਇਸ ਮੋਰਚੇ ਵੱਲੋਂ ਪਹਿਲਾਂ ਤਾਂ ਗੱਲ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦਾ ਕੋਈ ਸਮਝੌਤਾ ਹੋ ਸਕਦਾ, ਤਾਂ ਆਮ ਆਦਮੀ ਪਾਰਟੀ ਜਦੋਂ ਕਿ ਹੁਣ ਤੱਕ 104 ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦੇ ਨਾਮ ਜਿਹੜੇ ਉਹ ਘੋਸ਼ਿਤ ਕਰ ਚੁੱਕੀ ਹੈ, ਇਸ ਕਾਰਨ ਉੱਥੋਂ ਤਾਂ ਉਹ ਸੰਭਾਵਨਾ ਜਿਹੜੀ ਹੁਣ ਵੱਧਦੀ ਜਿਹੜੀ ਉਹ ਵਿਖਾਈ ਦੇ ਰਹੀ। ਤਾਂ ਅੱਜ ਮੋਹਾਲੀ ਵਿਖੇ ਸੰਯੁਕਤ ਸਮਾਜ ਮੋਰਚੇ ਵੱਲੋਂ ਦੁਪਹਿਰ ਮੀਟਿੰਗ ਜਿਹੜੀ ਉਹ ਰੱਖੀ ਬੁਲਾਈ ਗਈ ਆ, ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਜ਼ਿਲ੍ਹੇ ਪੱਧਰ 'ਤੇ। ਜ਼ਿਲ੍ਹੇ ਪੱਧਰ ਉੱਤੇ ਕਮੇਟੀਆਂ ਗਠਿਤ ਕਰਨ ਤੋਂ ਬਾਅਦ
ਉਮੀਦਵਾਰਾਂ ਦੇ ਐਲਾਨ ਜਿਹੜੇ ਨੇ ਉਹ ਕੀਤੇ ਜਾਣਗੇ ਕਿਸ ਤਰੀਕੇ ਨਾਲ, ਔਰ ਨਾਲ ਹੀ ਨਾਲ ਇਹ ਵੀ ਸੋਚਿਆ ਵਿਚਾਰਿਆ ਜਾ ਸਕਦਾ ਕਿ ਕਿਸੇ ਪਾਰਟੀ ਨੂੰ ਹਮਾਇਤ ਦੇਣੀ ਹੈ ਜਾਂ ਕਿਸੇ ਪਾਰਟੀ ਨਾਲ ਜੁੜ ਕੇ ਚੋਣਾਂ ਲਾਉਣੀਆਂ। ਤਾਂ ਇਹ ਵੀ ਪਤਾ ਲੱਗਾ ਕਿ ਕੁਝ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹ ਆਮ ਆਦਮੀ ਪਾਰਟੀ ਨਾਲ ਇਸ ਕਰਕੇ ਮਿਲ ਕੇ ਚੱਲਣ ਨੂੰ ਤਿਆਰ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਨਾਲ ਜਲੰਧਰ ਵਿਖੇ ਟਿਕਟਾਂ ਨੂੰ ਲੈ ਕੇ ਰੌਲਾ ਪਿਆ ਆਮ ਆਦਮੀ ਪਾਰਟੀ ਦੇ ਵਿਚਕਾਰ, ਇਹ ਇਲਜ਼ਾਮ ਲੱਗੇ ਨੇ ਕਿ ਟਿਕਟਾਂ ਜਿਹੜੀਆਂ ਮੁੱਲ ਵੇਚੀਆਂ, ਤਾਂ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਇਹ ਕਹਿ ਰਹੇ ਨੇ ਕਿ ਅਸੀਂ ਉਸ ਪਾਰਟੀ ਦਾ ਜਾਂ ਉਸ ਗਰੁੱਪ ਦਾ ਕਿਸੇ ਵੀ ਸੂਰਤ ਵਿੱਚ ਇਹ ਹਿੱਸਾ ਜਿਹੜਾ ਨਹੀਂ ਬਣਨਾ ਜਿਹੜਾ ਟਿਕਟਾਂ ਦੀ ਖਰੀਦੋ ਫਰੋਖਤ ਕਰਦਾ ਹੋਵੇ। ਤਾਂ ਚੱਠਾ ਸਾਹਿਬ ਇਹੋ ਜਿਹੜੇ ਇਲਜ਼ਾਮ ਨੇ 2017 ਦੇ ਵਿੱਚ ਵੀ ਲੱਗੇ ਸੀ ਉਸ ਵੇਲੇ ਸੰਜੇ ਸਿੰਘ ਔਰ ਦੁਰਕੇਸ਼ ਪਾਠਕ ਪੱਕੇ ਬੰਦਿਆਂ ਦੇ, ਤੇ ਅੱਜ ਉਹ ਜਿਹੜੇ ਇਲਜ਼ਾਮ ਨੇ ਉਹ ਰਾਘਵ ਚੱਡਾ ਜਾਂ ਹੋਰ ਉਹਨਾਂ ਦੀ ਟੀਮ ਤੇ ਲੱਗਦੇ ਪਏ ਨੇ। ਕਿਸਾਨ ਜਿੱਥੇ ਤੁਸੀਂ ਮੈਨੂੰ ਪ੍ਰਸ਼ਨ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਪੁੱਛਿਆ, ਤਾਂ ਉਹਨਾਂ ਵੱਲੋਂ ਅੱਜ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਜਿਹੜੀਆਂ ਉਹ ਗਠਿਤ ਕੀਤੀਆਂ ਜਾਣ ਸੰਬੰਧੀ ਐਲਾਨ, ਉਸ ਦਾ ਫੈਸਲਾ ਹੋ ਸਕਦਾ, ਉਮੀਦਵਾਰਾਂ ਦੀ ਚੋਣ ਸੰਬੰਧੀ ਰਣਨੀਤੀ ਬਣਾਈ ਜਾ ਸਕਦੀ, ਕਿਹੜੇ ਕਿਹੜੇ ਉਮੀਦਵਾਰ ਕਿਹੜੇ ਕਿਹੜੇ ਹਲਕੇ ਤੋਂ ਜਿਹੜੇ ਉਤਾਰੇ ਜਾਣਗੇ। ਪਰ ਹਾਂ ਇਹ ਗੱਲ ਸਾਫ਼ ਹੋ ਚੁੱਕੀ ਆ ਕਿ ਹੁਣ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਦਾ ਆਪਸੀ ਸਮਝੌਤੇ ਦੇ ਕੋਈ ਆਸਾਰ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ, ਕਿਉਂਕਿ 104 ਸੀਟਾਂ ਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਨਾਮ ਜਿਹੜੇ ਉਹ ਘੋਸ਼ਿਤ ਕਰ ਚੁੱਕੀ ਆ। ਤਾਂ ਕਿਸਾਨ ਜਥੇਬੰਦੀਆਂ ਪੰਜਾਬ ਦੀ 117 ਦੇ 117 ਸੀਟਾਂ ਤੇ ਚੋਣਾਂ ਲੜਨ ਦੇ ਮੂਹ ਚ ਨੇ। ਸੋ ਇਹ ਮੀਟਿੰਗ ਜਿਹੜੀ ਆ ਮੋਹਾਲੀ ਵਿਖੇ ਜਿਹੜੀ ਅੱਜ ਹੋ ਰਹੀ ਇਹ ਕਾਫੀ ਦਿਲਚਸਪ ਹੋਵੇਗੀ ਤੇ ਇਸ ਉੱਤੇ ਸਾਰੇ ਦੀ ਨਜ਼ਰਾਂ ਜਿਹੜੀਆਂ ਉਹ ਟਿਕੀਆਂ ਰਹਿਣਗੀਆਂ। ਜੀ ਚੱਠਾ ਸਾਹਿਬ ਤੇ ਭਾਵੇਂ ਪ੍ਰੋਫੈਸਰ ਸਾਹਿਬ ਤੁਸੀਂ ਦੱਸਿਆ ਕਿ ਵੀ ਦੋਵੇਂ ਸੰਯੁਕਤ ਸਮਾਜ ਮੋਰਚਾ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਉਹਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ, ਅਤੇ ਇੱਕ ਪਾਸੇ ਰੁਲਦੂ ਸਿੰਘ ਮਾਨਸਾ ਦਾ ਬਿਆਨ ਆਉਂਦਾ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਮਤਲਬ ਉਹ ਕਿਤੇ ਨਾ ਕਿਤੇ ਚਾਹੁੰਦੇ ਨੇ ਕਿ ਜਿਹੜਾ ਸਮਝੌਤਾ ਹੋਵੇ, ਅਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜੇਕਰ ਬਲਵੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਂਦਾ ਹੈ ਇਹ ਇਸ ਤਰ੍ਹਾਂ ਦਾ ਸਮਝੌਤਾ ਹੁੰਦਾ, ਤਾਂ ਕੀ ਫਿਰ ਆਮ ਆਦਮੀ ਮਾਫ਼ ਕਰਨਾ ਸੰਯੁਕਤ ਸਮਾਜ ਮੋਰਚਾ ਇਸ ਦੇ ਲਈ ਤਿਆਰ ਹੋਏਗਾ, ਇਸ ਗੱਲ ਨੂੰ ਮੰਨੇਗਾ? ਦੇਖੋ ਜਿਹੜੀਆਂ ਹੁਣ ਚੱਠਾ ਸਾਹਿਬ ਜਿਹੜੀ ਸਥਿਤੀ ਬਣ ਚੁੱਕੀ ਆ, ਹੁਣ ਚੋਣਾਂ ਦੀ ਪੂਰਨ ਤੌਰ ਤੇ ਵਿਗੜ ਵੱਜ ਗਿਆ। ਹੁਣ ਇੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਜੇਕਰ ਆਮ ਆਦਮੀ ਪਾਰਟੀ ਬਲਵੀਰ ਸਿੰਘ ਰਾਜੇਵਾਲ ਨੂੰ ਅੱਗੇ ਲਿਆਉਂਦੀ ਆ, ਤੇ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੂਰਨ ਤੌਰ ਤੇ ਚੋਣਾਂ ਲੜਨ ਦੇ ਮੂਡ 'ਚ ਆ, ਤਾਂ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਇਹੋ ਜਿਹਾ ਕੋਈ ਜੋਖਮ ਉਠਾਏਗੀ ਕਿ ਬਲਵੀਰ ਸਿੰਘ ਰਾਜੇਵਾਲ ਦਾ ਨਾਮ ਐਲਾਨ ਕੇ ਆਪਣੇ ਪੈਰਾਂ ਤੇ ਕੁਹਾੜੀ ਆਮ ਮਾਰ ਦੂ। ਕਿਉਂਕਿ ਜੋ ਮਰਜ਼ੀ ਤੁਸੀਂ ਕਹਿ ਲਓ ਚੱਠਾ ਸਾਹਿਬ, ਅੱਜ ਦੀ ਤਰੀਕ ਦੇ ਵਿੱਚ ਭਗਵੰਤ ਮਾਨ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਇੱਕ ਖਾਸ ਜਿਹੜੀ ਪਹਿਚਾਣ ਆ ਉਹ ਬਣ ਚੁੱਕਾ, ਤਾਂ ਉਸ ਪਹਿਚਾਣ ਨੂੰ ਕਿਸੇ ਵੀ ਤਰੀਕੇ ਦਾ ਕੋਈ ਧੱਬਾ ਨਾ ਲੱਗੇ, ਮੇਰਾ ਨਹੀਂ ਖਿਆਲ ਕਿ ਹੁਣ ਆਮ ਆਦਮੀ ਪਾਰਟੀ ਅਜਿਹਾ ਸਟੈਪ ਲੈ ਕੇ ਆਪਣੇ ਹੀ ਪੈਰਾਂ ਤੇ ਆਪ ਕੁਹਾੜੀ ਮਾਰੇਗੀ। ਕਿਉਂਕਿ ਬਲਵੀਰ ਸਿੰਘ ਰਾਜੇਵਾਲ ਠੀਕ ਆ ਕਿਸਾਨਾਂ ਦੇ ਲੀਡਰ ਸਨ, ਸਰਵ ਪ੍ਰਮਾਣਿਤ ਲੀਡਰ ਸਨ, ਉਹਨਾਂ ਦੀ ਸੋਚ, ਉਹਨਾਂ ਦੀ ਸਮਝ, ਉਹਨਾਂ ਦੀ ਕਾਬਲੀਅਤ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਜਾ ਸਕਦਾ, ਪਰ ਉਦੋਂ ਤੱਕ ਨਹੀਂ ਲਾਇਆ ਜਾ ਸਕਦਾ ਜਦੋਂ ਤੱਕ ਉਹ ਕਿਸਾਨ ਲੀਡਰ ਸੀ। ਹੁਣ ਉਹ ਕਿਸਾਨ ਲੀਡਰ ਨਹੀਂ ਹਨ, ਹੁਣ ਉਹ ਉਸ ਇੱਕ ਪਾਰਟੀ ਦਾ ਹਿੱਸਾ ਨੇ ਜਿਹਨੇ ਚੋਣਾਂ ਲੜਦੀਆਂ ਨੇ, ਤਾਂ ਜਦੋਂ ਫਿਰ ਚੋਣਾਂ ਬੰਦਾ ਲੜਦਾ ਚੋਣਾਂ ਨੂੰ ਲੜਨ ਵਾਸਤੇ ਮੈਦਾਨ 'ਚ ਆਉਂਦੇ ਨੇ, ਤਾਂ ਫਿਰ ਬੜੇ ਕੁਝ ਇਹੋ ਜਿਹੇ ਇਲਜ਼ਾਮ ਹੁੰਦੇ ਨੇ ਜਿਹੜੇ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਪਰ ਤੁਹਾਡੀ ਸ਼ਖਸੀਅਤ ਦੇ ਉੱਤੇ ਉਹ ਮੜ ਦਿੱਤੇ ਜਾਂਦੇ ਆ। ਤਾਂ ਆਮ ਆਦਮੀ ਪਾਰਟੀ ਇਸ ਵੇਲੇ ਮੇਰਾ ਨਹੀਂ ਖਿਆਲ ਜਿੱਥੋਂ ਤੱਕ ਮੇਰੀ ਨਿੱਜੀ ਰਾਏ ਆ ਕਿ ਭਗਵੰਤ ਮਾਨ ਨੂੰ ਛੱਡ ਕੇ ਬਲਵੀਰ ਸਿੰਘ ਰਾਜੇਵਾਲ ਨੂੰ ਐਲਾਨੇਗੀ। ਜੇਕਰ ਇਹੋ ਜਿਹੀ ਗੱਲ ਹੁੰਦੀ ਤਾਂ ਇਹ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਹੋਣੀ ਸੀ, ਸੋ ਅਜਿਹੀ ਗੱਲ ਨਹੀਂ ਹੋ ਸਕਦੀ। ਹੁਣ ਨਾ ਹੀ ਤਾਂ ਕਿਸਾਨ ਜਾਂ ਰੁਲਦੂ ਸਿੰਘ ਮਾਨਸਾ ਦੀ ਜਿਹੜੀ ਤੁਸੀਂ ਗੱਲ ਕਰਦੇ ਜੀ, ਇਹ 22 ਤਾਂ ਬੰਦੇ ਨੇ, 22 ਬੰਦੇ ਵੱਖਰੀ ਵੱਖਰੀ ਆਪਣੀ ਬੋਲੀ ਬੋਲਦੇ ਨੇ, ਇੱਕ ਸਾਂਝਾ ਫਰੰਟ ਪੈਜ ਤੱਕ ਮੁੱਦੇ ਦੀ ਗੱਲ ਵੀ ਨਹੀਂ ਕਰ ਸਕਦੇ ਕਿ ਉਹ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ। ਸੋ ਇਹ ਸਮਝੌਤਾ ਜਿਹੜਾ ਆਮ ਆਦਮੀ ਪਾਰਟੀ ਦਾ ਮੈਨੂੰ ਹੁੰਦਾ ਜਿਹੜਾ ਉਹ ਨਸੀਬ ਨਹੀਂ ਹੁੰਦਾ ਜੀ। ਤੇ ਪ੍ਰੋਫੈਸਰ ਅਣਖੀ ਸਾਹਿਬ ਤੁਸੀਂ ਇਸ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖੇ ਨੇ, ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤਮਾਮ ਵੱਡੀਆਂ ਖਬਰਾਂ ਨੂੰ ਲੈ ਕੇ ਜਿਹੜੇ ਵਿਚਾਰ ਆਪਣੇ ਸਾਂਝੇ ਕੀਤੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਕਿਸ ਤਰ੍ਹਾਂ ਨਜ਼ਰ ਆਉਣਗੀਆਂ ਚੋਣ ਮੈਦਾਨ ਦੇ ਵਿੱਚ, ਕਿਵੇਂ ਨਜ਼ਰ ਆਉਣਗੀਆਂ। 15 ਤਰੀਕ ਤੱਕ ਤਾਂ ਜਿਹੜੀ ਰੋਕ ਲਗਾਈ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਰੈਲੀਆਂ, ਅਤੇ ਉਸ ਤੋਂ ਬਾਅਦ ਕੀ ਚੋਣ ਕਮਿਸ਼ਨ ਫੈਸਲਾ ਲੈਂਦਾ ਉਹ ਵੀ ਦੇਖਣਾ ਇੱਕ ਅਹਿਮ ਹੋਵੇਗਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।